ਪੁੱਤਰ ਸਰਦਾਰ ਅਮਰਵੀਰ ਸਿੰਘ ਜੀ ਸਿਆਲੀ ਕੈਡਰ ਕੇਪ ਜੋ ਸਰਦਾਰ ਭਗਵੰਤ ਸਿੰਘ ਜੀ ਸਿਆਲ ਦਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਰਦਾਰ ਵਿਕਰਮਜੀਤ ਸਿੰਘ ਜੀ ਮਜੀਠੀਆ ਸਾਹਿਬ ਸਰਦਾਰ ਤਰਵੀਰ ਮੈਂ ਹੈਰਾਨ ਹੋ ਗਿਆ ਇੱਕ ਮੈਂ ਫੇਰ ਵੇਖੀ ਕਿਹੜੀ ਵੀਡੀਓ ਉਹਦੇ ਚ ਰਾਹੁਲ ਗਾਂਧੀ ਬਾਰੇ ਕੀ ਕਹਿ ਰਿਹਾ ਕਹਿੰਦਾ ਇਹ ਪੱਪੂ ਕਹਿੰਦਾ ਇਸ ਕੋ ਬੋਲੋ ਸਕੂਲ ਜਾਏ ਕਹਿੰਦਾ ਇਹ ਦਰੋਹ ਰਾਸ਼ਟਰਵਾਦ ਔਰ ਰਾਸ਼ਟਰ ਦਰੋਹ ਮੈਂ ਕਹਿੰਦਾ ਫਰਕ ਸਿੱਖੇ ਕਹਿੰਦਾ ਇਹਨੂੰ ਕੋ ਸਕੂਲ ਜਾਵੇ ਤੇ ਹੁਣ ਰਾਹੁਲ ਗਾਂਧੀ ਨੂੰ ਕੀ ਕਹਿੰਦਾ ਉਦੋਂ ਕਹਿੰਦਾ ਸੀ ਪੱਪੂ ਹੁਣ ਕੀ ਕਹਿੰਦਾ ਉੱਚੀ ਬੋਲੋ ਕੀ ਕਹਿੰਦਾ ਹੁਣ ਪਾਪਾ ਤੇ ਉਦੋਂ ਸੋਨੀਆ ਗਾਂਧੀ ਨੂੰ ਕੀ ਕਹਿੰਦਾ ਸੀ ਮੁੰਨੀ ਹੁਣ ਕੀ ਕਹਿੰਦਾ ਮੰਮੀ ਆ ਜਿੰਨੇ ਇੱਥੇ ਬੈਠੇ ਨਾ ਨਵਜੋਤ ਸਿੰਘ ਸਿੱਧੂ ਤੇਰੇ ਵਰਗੇ ਕਿਰਦਾਰ ਵਾਲੇ ਲੋਕ ਨਹੀਂ ਹੈ ਨਾ ਇਹਨਾਂ ਨੇ ਆਪਦਾ ਪਾਪਾ ਬਦਲਣਾ ਨਾ ਇਹਨਾਂ ਨੇ ਮੰਮੀ ਤੇਰੇ ਵਾਂਗੂ ਬਦਲਣੀ ਹੈ ਰੋਜ਼ ਇਹ ਜੇ ਘਟੀਆ ਘਟੀਆ ਰਾਜਨੀਤੀ ਕਰਨ ਵਾਲੇ ਘਟੀਆ ਦੋਗਲੀ ਰਾਜਨੀਤੀ ਕਰਨ ਵਾਲੇ ਦੋਹਰੇ ਮਾਪਦੰਡ ਰੱਖਣ ਵਾਲੇ ਲੋਕ ਅਸੀਂ ਨਾ ਕਦੇ ਉਹਨਾਂ ਤੋਂ ਘਬਰਾਏ ਆ ਨਾ ਘਬਰਾਏ ਆ ਤੈਨੂੰ ਅੱਜ ਦੱਸ ਦਿੰਦੇ ਆ ਗਿਣਤੀ ਮਾਰਦਾ ਰਿਹਾ ਤੈਨੂੰ ਭੁਲੇਖਾ ਪੈ ਗਿਆ ਇਸ ਗੱਲ ਦਾ ਇੰਦਰਾ ਗਾਂਧੀ ਨੂੰ ਵੀ ਪੈ ਗਿਆ ਸੀ ਕਿ ਸ਼ਾਇਦ ਕਦੇ ਵੀ ਗਾਂਧੀ ਪਰਿਵਾਰ ਦਾ ਰਾਜ ਹਿੰਦੁਸਤਾਨ ਤੋਂ ਨਹੀਂ ਜਾਊਗਾ ਤੇ ਮੈਂ ਕਿਹਾ ਹੁਣ ਉਹੀ ਜਿਹਨੂੰ ਤੂੰ ਪਾਪਾ ਆਖਦਾ ਨਾ ਪੱਪੂ ਤਰਸਦਾ ਫਿਰਦਾ ਕਿ ਜਿੱਥੇ ਗੱਡੀ ਚੱਲ ਜੇ ਗੱਡੀ ਸਿਰੇ ਚੜ ਜੇ ਜਿਹਨੂੰ ਤੂੰ ਕਹਿੰਦਾ ਸੀ ਇਹਨੂੰ ਸਕੂਲ ਭੇਜੋ ਰਾਸ਼ਟਰ ਦਰੋਹ ਤੇ ਰਾਸ਼ਟਰਵਾਦ ਚ ਫਰਕ ਸਿਖਾਓ ਤੇ ਮੇਰੇ ਵੀਰੋ ਮੈਂ ਇਹਨੂੰ ਵੀ ਦੱਸਣਾ ਚਾਹੁੰਦਾ ਆ ਤੂੰ ਛੇਤੀ ਤਿਆਰੀ ਕਰ ਲੈ ਗਿਣਤੀ ਪੁੱਟੀ ਸ਼ੁਰੂ ਹੋ ਗਈ ਆ ਪਾਪਾ ਤੈਨੂੰ ਫੇਰ ਬਦਲਣਾ ਪੈਣਾ ਨਹੀਂ ਤਾਂ ਤੇਰੇ ਕੜੇ ਛਿੱਤਰ ਤੇ ਤੂੰ ਕਹਿਣਾ ਮੈਨੂੰ ਬਚਾ ਲਓ ਤੇ ਕਿਸੇ ਕੋਲੋਂ ਬਚਾਇਆ ਨਹੀਂ ਜਾਣਾ।